ਤੁਸੀਂ ਜੁੜ ਚੁੱਕੇ ਹੋ ਆਲਟੋ ਨਿਊਜ਼ ਦੇ ਨਾਲ ਅਤੇ ਮੈਂ ਬਟਾਲਾ ਤੋਂ ਪੱਤਰਕਾਰ ਕਰਮਜੀਤ ਜੰਬਾ ਅਤੇ ਤੁਸੀਂ ਦੇਖ ਰਹੇ ਹੋ ਆਲਟੋ ਨਿਊਜ਼ ਚੈਨਲ। ਅੱਜ ਬਟਾਲਾ ਸ਼ਹਿਰ ਦੇ ਤੁਹਾਨੂੰ ਕੁਝ ਲਾਈਵ ਤਸਵੀਰ ਦਿਖਾਉਂਦੇ ਹਾਂ ਕਿ ਬਟਾਲਾ ਸ਼ਹਿਰ ਦੇ ਤੁਹਾਨੂੰ ਦੱਸ ਦਈਏ ਕਿ ਜੋ ਬਟਾਲਾ ਰੇਲਵੇ ਸਟੇਸ਼ਨ 'ਤੇ ਅੱਜ ਅਚਾਨਕ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਆਓ ਦੱਸ ਦਈਏ ਕਿ ਜੋ ਵਿਅਕਤੀ ਹੈ ਉਸਦਾ ਨਾਮ ਦੱਸਿਆ ਜਾ ਰਿਹਾ ਮੰਗਤਾ ਰਾਮ ਉਮਰ 70 ਪੁੱਤਰ ਮਿਲਖੀ ਰਾਮ ਅਲੀਵਾ ਰੋਡ ਅਜੀਤ ਨਗਰ ਦਾ ਰਹਿਣ ਵਾਲਾ ਸੀ ਜੋ ਕਿ ਅੱਜ ਸਵੇਰ ਕਰੀਬ 10 ਵਜੇ ਦੇ ਕਰੀਬ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਅਚਾਨਕ ਰੇਲਵੇ ਦੀ ਗੱਡੀ ਥੱਲੇ ਆਉਣ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ। ਆਓ ਦੱਸ ਦਈਏ ਜੀ ਜੋ ਰਾਵੀ ਐਕਸਪ੍ਰੈਸ ਦਿੱਲੀ ਪਠਾਨਕੋਟ ਜੋ ਗੱਡੀ ਹੈ ਉਸਦੇ ਥੱਲੇ ਆਉਣ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ। ਤੋ ਸਾਡੇ ਨਾਲ GRP ਦੇ ਕੁਝ ਮੁਲਾਜ਼ਮ ਵੀ ਸਾਡੇ ਨਾਲ ਮੌਜੂਦ ਹਨ। ਆਓ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਕੁਝ ਵਿਅਕਤੀ ਜੋ ਉਸਦੀ ਮ੍ਰਿਤਿਉ ਹੋ ਜਾਂਦੀ ਹੈ ਉਸਦਾ ਵੀ ਪਰਿਵਾਰ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਾਰਨ ਬਣਿਆ। ਸੋ ਜੁੜੇ ਰਹੋ ਆਲਟੋ ਨਿਊਜ਼ ਦੇ ਨਾਲ, ਕੈਮਰਾਮੈਨ ਵਿਕਰਮਜੀਤ ਸਿੰਘ ਦੇ ਨਾਲ, ਪੱਤਰਕਾਰ ਕਰਮਜੀਤ ਜੰਬਾ ਦੀ ਬਟਾਲਾ ਦੇ ਖਾਸ ਸਪੋਰਟ। ਸੋ ਮਿਲਦੇ ਅਗਲੀ ਖਬਰ ਦੇ ਨਾਲ ਜੀ, ਧੰਨਵਾਦ। ਮੈਂ ਜੀ ਵਿਜੇ ਥਾਪਰ, ਐਕਸ ਕੌਂਸਲਰ, ਅਲੀਗੜ੍ਹ ਰੋਡ ਬਟਾਲਾ। ਅੱਜ ਜਿਹੜਾ ਬੜਾ ਦੁਖਦਾਈ ਜਿਹੜਾ ਹੈ ਜਿਹੜਾ ਇੱਥੇ ਘਟਨਾ ਵਾਪਰੀ ਹੈ, ਸਾਡੇ ਬਹੁਤ ਸਤਿਕਾਰਯੋਗ ਮੰਗਤ ਰਾਮ ਜੀ ਜੋ ਅਜੀਤ ਨਗਰ ਦੇ ਵਾਸੀ ਨੇ, ਬੜੇ ਵਧੀਆ ਇਨਸਾਨ ਸੀ ਅਤੇ ਅੱਜ ਸਵੇਰੇ ਗੁਰਦੁਆਰਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਰੇਲਵੇ ਸਟੇਸ਼ਨ 'ਤੇ ਜਿਹੜੇ ਸੀ ਪਹੁੰਚੇ ਸੀ। ਬਕਾਇਦਾ ਤੌਰ 'ਤੇ ਉਹਨਾਂ ਨੇ ਟਿਕਟ ਵੀ ਲੈ ਲਈ ਸੀ, ਪਰ ਕੁਛ ਕਾਰਨਾਂ ਕਰਕੇ ਉਹ ਅਚਾਨਕ ਜਿਹੜਾ ਜਾਂ ਉਹਨਾਂ ਦਾ ਕੋਈ ਪੈਰ ਫਿਸਲ ਗਿਆ ਜਾਂ ਕੋਈ ਹੋਰ ਕੋਈ ਗੱਲ ਹੋਈ ਅਤੇ ਅਚਾਨਕ ਜਿਹੜਾ ਉਹਨਾਂ ਦਾ ਜਿਹੜਾ ਟ੍ਰੇਨ ਥੱਲੇ ਆ ਗਏ ਨੇ। ਦੋ ਟ੍ਰੇਨ ਸੀਗੀਆਂ, ਇੱਕ ਵੱਲ ਉਹਨਾਂ ਦਾ ਧਿਆਨ ਸੀ, ਸ਼ਾਇਦ ਦੂਸਰੀ ਉਹਨਾਂ ਨੇ ਦੇਖੀ ਨਹੀਂ, ਜਿਹਦੇ ਕਰਕੇ ਉਹਨਾਂ ਦੀ ਅੱਜ ਜਿਹੜੀ ਆ ਮੌਤ ਹੋ ਗਈ ਹੈ। ਅਤੇ ਸਾਨੂੰ ਇਲਾਕੇ ਨੂੰ ਜਿਹੜਾ ਉਹ ਬੜਾ ਵੱਡਾ ਘਾਟਾ ਹੋਇਆ, ਅਸੀਂ ਸਾਰੇ ਦੁੱਖ ਵੇਲੇ ਪਰਿਵਾਰ ਦੇ ਨਾਲ ਖੜ੍ਹੇ ਹਾਂ। ਕਿੰਨੀ ਉਮਰ ਸੀ? ਕਰੀਬ 60 ਸਾਲ ਤੋਂ ਉੱਤੇ ਸੀ ਉਹਨਾਂ ਦੀ ਉਮਰ। ਕਾਰਨ ਬੜਾ ਕਲੀਅਰ ਆ ਕਿ ਉਹ ਕੋਈ ਇਹੋ ਜਿਹੀ ਗੱਲ ਨਹੀਂ ਆ, ਉਹ ਦਰਬਾਰ ਸਾਹਿਬ ਜਾਣਾ ਸੀ, ਪਰਿਵਾਰ ਦੇ ਮੈਂਬਰ ਉਹਨਾਂ ਨੂੰ ਛੱਡ ਕੇ ਰੇਲਵੇ ਸਟੇਸ਼ਨ 'ਤੇ ਗਏ ਨੇ ਅਤੇ ਅਚਨਚੇਤ ਦੋ ਟ੍ਰੇਨਾਂ ਆਉਣ ਕਰਕੇ ਉਹਨਾਂ ਦਾ ਧਿਆਨ ਜਿਹੜਾ ਸੀ ਜਿਹੜੀ ਗੁਰਦਾਸਪੁਰ ਵੱਲੋਂ ਆ ਰਹੀ ਟ੍ਰੇਨ ਜਿਹੜੀ ਅੰਮ੍ਰਿਤਸਰ ਜਾਣੀ ਸੀ ਉਹਦੇ ਵੱਲ ਸੀਗੀ, ਉਹ 2 ਨੰਬਰ ਪਲੇਟਫਾਰਮ 'ਤੇ ਰੁਕਣੀ ਸੀ, ਉੱਧਰ ਨੂੰ ਜਾ ਰਹੇ ਸੀ। ਅਚਨਚੇਤ ਜਿਹੜੀ ਅੰਮ੍ਰਿਤਸਰ ਵੱਲੋਂ ਇੱਕ ਟ੍ਰੇਨ ਆ ਗਈ ਅਤੇ ਜਿਹਦਾ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਅਤੇ ਅਚਾਨਕ ਜਿਹੜੀ ਉਹ ਟ੍ਰੇਨ ਉੱਤੇ ਆ ਚੜੀ ਅਤੇ ਦੁਰਘਟਨਾ ਜਿਹੜੀ ਉਹ ਮੌਤ। ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੋਗੇ ਜਿੱਦਾਂ ਕੋਈ ਬਜ਼ੁਰਗ ਆਉਂਦੇ ਨੇ ਚੜਨ ਵਾਸਤੇ, ਬਿਮਾਰ ਕੋਈ ਆਉਂਦੇ ਨੇ? ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਜੀ, ਦੇਖੋ ਇੱਥੇ ਬੜੀ ਬੜੀ ਆਬਾਦੀ ਆ ਜਿਹੜੀ ਕ੍ਰੋਸ ਕਰਕੇ ਆਉਂਦੀ ਆ, ਇੱਕ ਤਾਂ ਓਵਰਹੈਡ ਕ੍ਰੋਸਿੰਗ ਇੱਥੇ ਬਹੁਤ ਜ਼ਰੂਰੀ ਆ ਜਿਹੜੀ ਆ ਹੋਣੀ ਚਾਹੀਦੀ ਆ ਕਿ ਬੰਦਾ ਪੌੜੀਆਂ ਚੜ੍ਹ ਕੇ ਆਵੇ ਆਰਾਮ ਦੇ ਨਾਲ ਜਿਹੜਾ ਕ੍ਰੋਸ ਕਰਕੇ ਰੇਲਵੇ ਸਟੇਸ਼ਨ ਨੂੰ। ਇਹ ਅੱਜ ਦੀ ਪ੍ਰੋਬਲਮ ਨਹੀਂ, ਇੱਕ ਘਟਨਾ ਨੇ, ਬੇਸ਼ੁਮਾਰ ਘਟਨਾ ਵਾਪਰ ਚੁੱਕੀਆਂ ਨੇ ਔਰ ਕਈ ਲੋਕਾਂ ਦੀ ਜਾਨ ਜਿਹੜੀ ਆ ਜਾ ਚੁੱਕੀ ਹੈ, ਪਰ ਅਜੇ ਤੱਕ ਪ੍ਰਸ਼ਾਸਨ ਨੇ ਇਹਦੇ ਵੱਲ ਜਿਹੜਾ ਧਿਆਨ ਨਹੀਂ ਦਿੱਤਾ। ਸਾਡੀ ਪੁਰਜ਼ੋਰ ਮੰਗ ਹੈ ਕਿ ਇਹਨਾਂ ਘਟਨਾਵਾਂ ਨੂੰ ਧਿਆਨ 'ਚ ਰੱਖ ਕੇ ਕੋਈ ਜਾਂ ਤਾਂ ਅੰਡਰ ਪਾਸ ਬਣਾਇਆ ਜਾਏ ਜਾਂ ਓਵਰ ਪਾਸ ਜਿਹੜਾ ਬਣਾ ਕੇ ਜਿਹੜਾ ਨਾ ਲੋਕਾਂ ਨੂੰ ਇਹ ਜਿਹੜੀਆਂ ਘਟਨਾਵਾਂ ਤੋਂ ਬਚਾਇਆ ਜਾ ਸਕੇ ਅਤੇ ਮੌਤ ਦੇ ਮੂੰਹ 'ਚੋਂ ਕੱਢਿਆ ਜਾ ਸਕੇ। ਸਰ, ਚੌਕੀ ਇੰਚਾਰਜ ASI ਸੁਖਵਿੰਦਰ ਸਿੰਘ, GRP ਬਟਾਲਾ। ਮੈਂ ASI ਸਤਪਾਲ, ਚੌਕੀ GRP ਬਟਾਲਾ। ਅੱਜ ਸਵੇਰ ਕਰੀਬ 10 ਵਜੇ ਦੀ ਗੱਲ ਹੈ ਕਿ ਸਟੇਸ਼ਨ ਮਾਸਟਰ ਵੱਲੋਂ ਅਨਾਊਂਸਮੈਂਟ ਹੋਈ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀ ਰਾਵੀ ਐਕਸਪ੍ਰੈਸ ਅਤੇ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਪੈਸੰਜਰ ਗੱਡੀ, ਦੋਵੇਂ ਗੱਡੀਆਂ ਜਿਹੜੀਆਂ ਪਲੇਟਫਾਰਮ 'ਤੇ ਆ ਰਹੀਆਂ ਨੇ, ਦੋਨਾਂ ਦਾ ਕ੍ਰਾਸ ਇੱਥੇ ਹੈ। ਇਹ ਅਨਾਊਂਸਮੈਂਟ ਸੁਣ ਕੇ ਜਿਹੜੀ ਪਲੇਟਫਾਰਮ 'ਤੇ ਸਵਾਰੀ ਖੜ੍ਹੀ ਸੀ ਉਹ ਉਤਰ ਕੇ ਦੂਜੀ ਸਾਈਡ 'ਤੇ ਜਾਣਾ ਸ਼ੁਰੂ ਹੋ ਗਈ ਅਤੇ ਜਦੋਂ ਗੱਡੀ ਜਿਹੜੀ ਆ ਰਾਵੀ ਐਕਸਪ੍ਰੈਸ ਅੰਮ੍ਰਿਤਸਰ ਤੋਂ ਆ ਰਹੀ ਸੀ ਅਤੇ ਪਲੇਟਫਾਰਮ 'ਤੇ ਪਹੁੰਚ ਰਹੀ ਸੀ ਤਾਂ ਇੱਕ ਵਿਅਕਤੀ ਜਿਹੜਾ ਪਲੇਟਫਾਰਮ ਤੋਂ ਉਤਰ ਕੇ ਦੂਜੀ ਸਾਈਡ 'ਤੇ ਜਾ ਰਿਹਾ ਸੀ ਉਹ ਉਹਦੀ ਗੱਡੀ ਦੀ ਲਪੇਟ 'ਚ ਆ ਗਿਆ ਅਤੇ ਗੱਡੀ ਨਾਲ ਐਕਸੀਡੈਂਟ ਹੋਣ ਕਰਕੇ ਮੌਕੇ 'ਤੇ ਉਹਦੀ ਮੌਤ ਹੋ ਗਈ ਹੈ ਅਤੇ ਉਹਦੀ ਸ਼ਨਾਖਤ ਜਿਹੜੀ ਹੈ ਮੰਗਤ ਰਾਮ ਸਾਨੋ ਮਿਲਖੀ ਰਾਮ ਵਾਸੀ ਅਜੀਤ ਨਗਰ ਅਲੀਵਾਰ ਰੋਡ ਬਟਾਲਾ ਵਜੋਂ ਹੋਈ ਹੈ। ਇਹਨਾਂ ਦੀ ਉਮਰ ਕਰੀਬ 70 ਸਾਲ ਹੈ ਅਤੇ ਅਸੀਂ ਹੁਣ 174 CRPC ਦੀ ਕਾਰਵਾਈ ਜਿਹੜੀ ਆ ਉਹ ਇਹਦੇ ਸੰਬੰਧ 'ਚ ਕਰ ਰਹੇ ਹਾਂ। ਬਾਕੀ ਮ੍ਰਿਤਕ ਦੇ ਵਾਰਸ ਵੀ ਇੱਥੇ ਮੌਜੂਦ ਨੇ, ਉਹਨਾਂ ਵੱਲੋਂ ਕੋਈ ਵੀ ਸ਼ੱਕ ਸ਼ੁਬਾ ਨਹੀਂ ਯਾਦ ਕੀਤਾ ਗਿਆ।